ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪਸੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਤੁਹਾਡੇ ਵਾਸਤੇ ਹੈਂਡਬੈਗ ਅਤੇ ਸੂਟ ਦੀ ਕਲੈਕਸ਼ਨ ਲੈ ਕੇ ਆਏ ਹਾਂ, ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ 'ਚ। ਸਟਾਰਟਿੰਗ ਪ੍ਰਾਈਸ ਇਹਨਾਂ ਦਾ 3500 ਆ, 3500 ਤੋਂ ਸਟਾਰਟ ਹੋ ਜਾਂਦੇ ਆ। ਅਗਰ ਆਪਾਂ ਸੇਮ ਚੀਜ਼ ਕਸਟਮਾਈਜ਼ ਕਰਾਵਾਂਗੇ ਦੈਨ ਪ੍ਰਾਈਸ ਡਿਫਰੈਂਟ ਰਹਿਣਗੇ। ਇਹ ਸੂਟ ਸਾਰੇ ਸਿੰਗਲ ਸਿੰਗਲ ਸੂਟ ਹੈ ਔਰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ 'ਚ ਨੇ। ਚਲੋ ਫਿਰ ਸਟਾਰਟ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ। ਪਿਓਰ ਔਰਗੈਂਜ਼ਾ ਦੀ ਸ਼ਰਟ ਹੈ ਜਿਹੜੀ ਬਿਲਕੁਲ 101% ਪਿਓਰ ਹੁੰਦੀ ਹੈ, ਉਹਦੀ ਆਪਾਂ ਸ਼ਰਟ ਕੀਤੀ ਆ। ਇਹਦੇ 'ਤੇ ਆਪਾਂ ਪੈਚ ਵਰਕ ਕੀਤਾ ਹੋਇਆ, ਗ੍ਰੀਨ ਨੂੰ ਹੀ ਗ੍ਰੀਨ ਨਾਲ ਕੰਟਰਾਸਟ ਕੀਤਾ, ਜਿਵੇਂ ਡਾਰਕ ਲਾਈਟ ਦੇ ਕੋਂਬੀਨੇਸ਼ਨ 'ਚ। ਇਹ ਵਰਕ ਇਹਦੀ ਸਲੀਵਸ 'ਤੇ ਹੁੰਦਾ, ਪ੍ਰੋਪਰ ਹੈਵੀ ਵਰਕ ਆ ਸਲੀਵਸ ਆਉਂਦੀ ਹੈ ਬੂਟੀ ਜਿਹੜੀ। ਇਹ ਸਲੀਵਸ 'ਤੇ ਹੈਵੀ ਵਰਕ ਆਊਗਾ, ਜਿਹੜੀ ਸ਼ਰਟ ਆਊਗੀ ਸ਼ਰਟ 'ਤੇ ਆਪਾਂ ਇੱਦਾਂ ਬੂਟੀਆਂ ਦਿੱਤੀਆਂ ਹੋਈਆਂ, ਸਾਰੀ 'ਤੇ ਬੂਟੀਆਂ ਦਿੱਤੀਆਂ। ਬਾਕੀ ਸਟਿਚਿੰਗ 'ਚ ਡਿਜ਼ਾਇਨਿੰਗ ਹੋਊਗੀ, ਜਿੱਦਾਂ ਆਪ ਘੇਰੇ 'ਤੇ ਲੇਸ ਲੱਗ ਗਈ, ਪਾਕਿਸਤਾਨੀ ਸਟਾਈਲ 'ਚ ਬਣਾ ਸਕਦੇ ਹੋ, ਗਰਾਰੇ ਸ਼ਰਾਰੇ ਕਿਸੇ ਨਾਲ ਵੀ। ਅਤੇ ਇਹਦਾ ਵਰਕ ਬਹੁਤ ਜ਼ਿਆਦਾ ਸੋਹਣਾ, ਇਹ ਨੈਕ 'ਤੇ ਵਰਕ ਹੋਇਆ ਹੋਇਆ, ਟੋਟਲੀ ਹੈਂਡ ਵਰਕ ਆ ਐਂਟੀਕ ਗੋਲਡ 'ਚ। ਈਵਨ ਕਿ ਐਂਟੀਕ ਗੋਲਡ ਦੀ ਡਿਮਾਂਡ ਵੀ ਬਹੁਤ ਜ਼ਿਆਦਾ। ਔਰ ਇਹਦੇ 'ਚ ਆਪਾਂ ਨਾ ਇੱਥੇ ਔਰਗੈਂਜ਼ਾ ਦਿੱਤਾ ਹੋਇਆ, ਇਹ ਵਾਲਾ ਨੈਕ ਵੀ ਦੇਖ ਕੇ ਔਰਗੈਂਜ਼ਾ ਦਿੱਤਾ। ਜੇ ਤੁਸੀਂ ਡਾਈ ਕਰਾਉਂਗੇ ਇਹ ਥੋੜ੍ਹਾ ਡਾਰਕ ਰਹੂਗਾ, ਇਹ ਥੋੜ੍ਹਾ ਡਲ ਰਹੂਗਾ, ਅਤੇ ਲੁੱਕ ਬਹੁਤ ਸੋਹਣੀ ਹੋਣੀ ਆ। ਇੱਦਾਂ ਨੈਕ ਲਾਈਨ 'ਤੇ ਵਰਕ ਆ ਅਤੇ ਛੜੀਆਂ 'ਚ ਵਰਕ ਆਉਂਦਾ ਅਤੇ ਪੂਰੀ ਸ਼ਰਟ ਦੀ ਲੈਂਥ ਤੱਕ ਇੱਦਾਂ ਵਰਕ ਆਊਗਾ। ਸਲੀਵਸ 'ਤੇ ਵਰਕ ਰਹੂਗਾ ਇੱਦਾਂ ਦਾ, ਸੇਮ ਹੀ ਵਰਕ ਇਹਦੀ ਸਲਵਾਰ 'ਤੇ ਆਊਗਾ। ਆਪਾਂ ਡਿਫਰੈਂਟ ਗ੍ਰੀਨ ਕਲਰ ਹੈਗਾ ਕਿਉਂਕਿ ਗ੍ਰੀਨ 'ਚ ਵੀ ਕਾਫੀ ਸ਼ੇਡਸ ਆਉਂਦੇ ਆ। ਹੈਂਡ ਵਰਕ ਹੋਇਆ ਹੋਇਆ ਗੋਲਡ ਐਂਟੀਕ ਮਿਕਸ ਕਰਕੇ ਐਂਡ ਵਿੱਚ ਛੋਟੇ ਛੋਟੇ ਪਰਲ ਯੂਜ਼ ਕੀਤਾ, ਬਹੁਤ ਬਰੀਕੀ 'ਚ ਵਰਕ ਹੋਇਆ। ਇਹ ਨੈਕ ਲਾਈਨ ਆ, ਨੈਕ ਲਾਈਨ 'ਤੇ ਪ੍ਰੋਪਰ ਹੈਵੀ ਵਰਕ ਆਊਗਾ। ਸਾਈਡਸ 'ਤੇ ਆਪਾਂ ਬਰੀਚੀ ਵੇਲ ਦਿੱਤੀ ਹੋਈ, ਪੈਨਲ ਸਟਾਈਲ 'ਚ ਵਰਕ ਆਊਗਾ। ਜਦੋਂ ਸਟਿਚ ਹੋਊਗਾ ਇੱਦਾਂ ਦੀ ਲੁੱਕ ਆਊਗੀ ਸ਼ਰਟ ਦੀ, ਇੱਦਾਂ ਸ਼ੋ ਹੋਊਗੀ। ਸਾਰੀ ਲੈਂਥ ਤੱਕ ਵਰਕ ਆਉਂਦਾ ਐਂਡ ਇਹਦੇ ਘੇਰੇ 'ਤੇ ਵੀ ਬਹੁਤ ਸੋਹਣਾ ਵਰਕ ਆ। ਸਲੀਵਸ ਵੀ ਪ੍ਰੋਪਰ ਹੈਵੀ ਹੈ, ਇਹਦੀ ਸਲਵਾਰ ਹੈ, ਸਲਵਾਰ ਦੀ ਮੂਰੀ 'ਤੇ ਵੀ ਪ੍ਰੋਪਰ ਵਰਕ ਆ। ਜਿਹੜਾ ਸਲਵਾਰ ਦਾ ਸਟੱਫ ਆ ਉਹ ਆਪਣਾ ਕਰੇਪ ਰਹੂਗਾ, ਸ਼ਰਟ ਦਾ ਸਟੱਫ ਆਪਣਾ ਸੋਫਟ ਔਰਗੈਂਜ਼ਾ, ਆਪਣਾ ਔਰਗੈਂਜ਼ੇ ਦਾ ਹੀ ਦੁਪੱਟਾ ਹੈਗਾ। ਇਹ ਦੁਪੱਟਾ, ਦੁਪੱਟੇ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਹੈ ਅਤੇ ਸਿੰਗਲ ਸਿੰਗਲ ਸਿੱਪੀ ਦਿੱਤੀ ਹੋਈ ਆ। ਅਗੇਨ ਸਿਲਕ ਔਰਗੈਂਜ਼ਾ ਫੈਬਰਿਕ 'ਤੇ ਆ, ਬਿਲਕੁਲ ਸੋਫਟ ਫੈਬਰਿਕ ਹੁੰਦਾ, ਖੜਿਆ ਖੜਿਆ ਫੈਬਰਿਕ ਨਹੀਂ ਰਹਿੰਦਾ ਹੈਗਾ। ਇਹ ਬਹੁਤ ਸੋਹਣਾ ਵਰਕ ਆ, ਬਾਂਧਣੀ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ। ਨੈਕ ਲਾਈਨ 'ਤੇ ਪ੍ਰੋਪਰ ਹੈਵੀ ਵਰਕ ਹੋਇਆ ਹੋਇਆ, ਐਂਟੀਕ ਪਰਲਸ 'ਚ ਵਰਕ ਕੀਤਾ ਹੋਇਆ, ਪਰਲਸ ਦਾ ਵਰਕ ਹੈ ਐਂਟੀਕ 'ਚ ਔਰ ਵਾਈਟ ਕਲਰ ਦਾ ਪਰਲਸ ਛੋਟਾ ਯੂਜ਼ ਕਰਕੇ। ਇਹ ਨੈਕ ਲਾਈਨ ਹੈ, ਦੈਨ ਇਹ ਕਲੀਆਂ 'ਚ ਵਰਕ ਜਾ ਰਿਹਾ ਨੀਚੇ ਤੱਕ, ਐਵੇਂ ਵਿੱਚ ਬੂਟੀ ਆ। ਸਲੀਵਸ 'ਤੇ ਵੀ ਸੇਮ ਵੇਲ ਆਊਗੀ ਦੈਨ ਬੂਟੀ ਆਊਗੀ। ਔਰ ਜਿਹੜੀ ਇਹਦੀ ਬੋਟਮ ਹੈ, ਬੋਟਮ ਵੀ ਔਰਗੈਂਜ਼ਾ 'ਚ ਹੀ ਰਹੇਗੀ, ਬਾਂਧਣੀ ਪ੍ਰਿੰਟ 'ਚ। ਔਰ ਇਹ ਇਹਦੀ ਬੋਟਮ 'ਤੇ ਵਰਕ, ਇਹ ਵੀ ਪੈਨਲ ਸਟਾਈਲ ਵਰਕ ਹੈ ਕਿਉਂਕਿ ਪੈਨਲ ਸਟਾਈਲ ਵਰਕ ਦਾ ਹੀ ਟ੍ਰੈਂਡ ਹੈ ਜ਼ਿਆਦਾ। ਬਹੁਤ ਕੰਮ ਦੇਖੋ, ਬਹੁਤ ਜ਼ਿਆਦਾ ਬਰੀਕੀ 'ਚ ਵਰਕ ਕੀਤਾ ਹੋਇਆ। ਪਰਲਸ ਵੀ ਬਿਲਕੁਲ ਛੋਟੇ ਸਾਈਜ਼ ਦਾ, 0 ਸਾਈਜ਼ ਦਾ ਪਰਲ ਯੂਜ਼ ਹੋਇਆ ਹੋਇਆ। ਦੈਨ ਕਲੀਆਂ 'ਚ ਵਰਕ ਆ ਰਿਹਾ ਵੀ ਛੋਟੀ ਛੋਟੀ ਬੂਟੀ ਦਿੱਤੀ ਹੋਈ ਆ। ਔਰ ਇਹਦੇ ਨਾਲ ਜਿਹੜੀ ਬੋਟਮ ਹੈ ਉਹ ਆਪਾਂ ਕਰੇਪ ਦੀ ਯੂਜ਼ ਕੀਤੀ ਆ, ਬੋਟਮ 'ਤੇ ਵੀ ਇੱਦਾਂ ਬੋਰਡਰ ਆਊਗਾ। ਰਾਣੀ ਸ਼ੇਡ 'ਚ ਆਪਾਂ ਰੈਡੀ ਕੀਤਾ, ਦਬਕੇ ਦਾ ਵਰਕ ਹੈ, ਦਬਕਾ ਐਂਡ ਪਰਲਸ ਔਰ ਥਰੈਡ ਦਾ ਵਰਕ ਕੀਤਾ ਹੋਇਆ। ਇਹਦੇ ਆਪਾਂ ਘੇਰੇ 'ਤੇ ਵੇਲ ਦਿੱਤੀ ਆ, ਦੈਨ ਸਾਈਡ 'ਤੇ ਆਪਣਾ ਬੰਚ ਆਊਗਾ ਇਹ ਵਾਲਾ, ਵਿੱਚ ਬੂਟੀ ਆਉਂਦੀ ਹੈ। ਸਾਰਾ ਹੈਂਡ ਵਰਕ ਆ, ਸਾਈਡ 'ਤੇ ਬੰਚ ਆਉਂਦਾ ਐਂਡ ਇੱਦਾਂ ਇਹਦੀ ਨੈਕ ਲਾਈਨ 'ਤੇ ਵਰਕ ਹੋਇਆ ਹੋਇਆ ਇਹ ਟੋਟਲੀ। ਔਰ ਇਹਦੀਆਂ ਸਲੀਵਸ 'ਤੇ ਇੱਦਾਂ ਵਰਕ ਆਊਗਾ, ਇਹ ਸਲੀਵਸ 'ਤੇ ਵਰਕ ਆ। ਸ਼ਰਟ ਇਹਦੀ ਔਰਗੈਂਜ਼ਾ 'ਤੇ ਰਹੂਗੀ, ਸਿਲਕ ਦੀ ਇਹਦੀ ਬੋਟਮ ਰਹੇਗੀ।
ਨੀਚੇ ਆਪਾਂ ਗੋਟੇ ਦਾ ਚੈੱਕ ਦਿੱਤਾ ਹੋਇਆ ਬਾਰਡਰ 'ਤੇ, ਦੈਨ ਲੇਸ ਦਿੱਤੀ ਹੋਈ ਹੈ, ਵਿੱਚੋਂ ਦੁਪੱਟਾ ਪਲੇਨ ਆਊਗਾ। ਬਹੁਤ ਰੀਜ਼ਨੇਬਲ ਪ੍ਰਾਈਸ 'ਚ ਹੈ ਵਾਲਾ ਸੂਟ ਆਪਣੇ। ਇਹ ਨੀਚੇ ਕਟਵਰਕ ਦਿੱਤਾ ਹੋਇਆ, ਕਟਵਰਕ ਆਪਾਂ ਕੱਟ ਕੀਤਾ ਹੋਇਆ, ਟ੍ਰਿਪਲ ਲਾਈਨ 'ਚ ਕਟਵਰਕ ਹੈ। ਦੈਨ ਇੱਦਾਂ ਪੈਨਲ ਸਟਾਈਲ ਵਰਕ ਆਉਂਦਾ, ਔਰ ਇਹ ਬਿਲਕੁਲ ਛੋਟੀ ਸਿੱਪੀ 'ਚ ਵਰਕ ਆ ਰਿਹਾ। ਇਹ ਸਾਈਡਸ 'ਤੇ ਵੀ ਆਪਾਂ ਬੁੱਟੀਆਂ ਦਿੱਤੀਆਂ ਹੋਈਆਂ ਵੱਡੇ ਫਲਾਵਰ, ਸੈਂਟਰ 'ਚ ਵੀ ਆਪਾਂ ਦਿੱਤੇ ਹੋਏ ਆ। ਸਾਰੀ ਸ਼ਰਟ ਦੇ ਵਿੱਚ ਇੱਦਾਂ ਵਰਕ ਆਊਗਾ ਲੈਂਥ 'ਚ। ਇਹਦੀ ਲੁੱਕ ਆਉਂਦੀ ਹੈ, ਬਹੁਤ ਸੋਹਣਾ ਲੱਗਦਾ ਸੂਟ, ਐਂਡ ਕਲਰ ਵੀ ਬਹੁਤ ਸੋਹਣਾ, ਗ੍ਰੀਨਿਸ਼ ਟੋਨ ਔਰ ਫਰੋਜ਼ੀ ਟੋਨ, ਲਾਈਟ ਫਰੋਜ਼ੀ ਟੋਨ ਹੁੰਦਾ ਉਹਨੂੰ ਮਿਕਸ ਕਰਕੇ ਸ਼ੇਡ ਹੈਗਾ। ਐਂਡ ਇਹਦੀਆਂ ਸਲੀਵਸ ਹੈਗੀਆਂ, ਔਰ ਇਹਦਾ ਦੁਪੱਟਾ ਪ੍ਰੋਪਰ ਹੈਵੀ ਦੁਪੱਟਾ ਆਊਗਾ। ਇਹਦਾ ਦੁਪੱਟਾ ਆਊਗਾ, ਦੁਪੱਟੇ ਦੇ ਵਿੱਚ ਸਾਰੀ ਜ਼ਿਗਜ਼ੈਗ ਦੀ ਡਿਜ਼ਾਈਨਿੰਗ ਹੈ, ਫੋਰ ਸਾਈਡ ਕਟਵਰਕ ਹੋਇਆ ਹੋਇਆ ਪੂਰੇ ਦੁਪੱਟੇ 'ਚ। ਦੁਪੱਟਾ ਵੀ ਸੇਮ ਫੈਬਰਿਕ 'ਚ ਰਹਿਣ ਵਾਲਾ, ਕਿਉਂਕਿ ਫੈਬਰਿਕ ਨਿਊ ਹੈ ਐਂਡ ਬਹੁਤ ਜ਼ਿਆਦਾ ਸੋਫਟ ਫੈਬਰਿਕ ਹੈ ਇਹ ਵਾਲਾ। ਨੈਕਸਟ ਜਿਹੜਾ ਸੂਟ ਹੈ ਆਪਣਾ, ਉਹ ਵੀ ਸੇਮ ਫੈਬਰਿਕ 'ਚ ਬਟ ਕਲਰ ਡਿਫਰੈਂਟ ਆ, ਸਟੀਲ ਗ੍ਰੇ ਜਿਹਾ ਸ਼ੇਡ ਆ ਇਹਦਾ। ਇਹਦੇ ਆਪਣੇ ਨੈਕ 'ਤੇ ਵਰਕ ਆਊਗਾ, ਇੱਦਾਂ ਵਿੱਚ ਸਾਰੀਆਂ ਬਹੁਤ ਸੋਹਣਾ ਨੈਕ 'ਤੇ ਵਰਕ ਹੋਇਆ ਹੋਇਆ, ਵਿੱਚ ਸਾਰੀ ਆਪਾਂ ਬੁੱਟੀ ਦਿੱਤੀ ਹੋਈ ਆ। ਦੈਨ ਇਹਦੇ ਘੇਰੇ 'ਤੇ ਪ੍ਰੋਪਰ ਹੈਵੀ ਵਰਕ ਆਊਗਾ, ਇਹ ਘੇਰੇ 'ਤੇ ਇਹਦੇ ਵਰਕ ਆਉਂਦਾ, ਬਹੁਤ ਸਰਦਾਰੀ ਆ ਸੂਟ ਬਣਿਆ ਹੋਇਆ। ਸਲੀਵਸ 'ਤੇ ਵਰਕ ਦਿੱਤਾ ਆਪਾਂ ਨੇ, ਔਰ ਜਿਹੜਾ ਇਹਦਾ ਦੁਪੱਟਾ ਹੈ, ਦੁਪੱਟੇ 'ਤੇ ਫੋਰ ਸਾਈਡ ਵਰਕ ਹੁੰਦਾ, ਇਹਦੇ ਫੋਰ ਸਾਈਡ ਵੇਲ ਆਊਗੀ ਦੁਪੱਟੇ 'ਤੇ, ਜਿੱਦਾਂ ਸਲੀਵਸ 'ਤੇ ਵੇਲ ਹੈ। ਪ੍ਰੋਪਰ ਹੈਵੀ ਸੂਟ ਹੈਗਾ, ਸਰਦਾਰੀ ਸੂਟ ਹੈ, ਜਿਹਨਾਂ ਨੂੰ ਸਪੈਸ਼ਲੀ ਫੋਰ ਸਾਈਡ ਵੇਲ ਚਾਹੀਦੀ ਹੁੰਦੀ ਆ। ਇਹ ਬਹੁਤ ਸੋਹਣਾ ਪੀਚ ਕਲਰ ਦਾ ਸੂਟ ਆ, ਔਰ ਤੁਸੀਂ ਇਹਦਾ ਵਰਕ ਦੇਖੋ ਕਿੰਨੀ ਬਰੀਕੀ 'ਚ ਕੰਮ ਕੀਤਾ ਹੋਇਆ ਸਾਰੇ 'ਚ, ਅਤੇ ਬਹੁਤ ਡਿਫਰੈਂਟ ਡਿਜ਼ਾਈਨ ਹੈ। ਸਾਰੀ ਸ਼ਰਟ ਦੇ ਫਰੰਟ 'ਤੇ ਜਾਲ ਹੁੰਦਾ, ਡਿਜ਼ਾਈਨਰ ਸਲੀਵਸ ਆਉਣਗੀਆਂ ਇਹਦੀਆਂ, ਬਿਲਕੁਲ ਹੀ ਸਾਰਾ ਬਰੀਕੀ 'ਚ ਕੰਮ ਹੋਇਆ ਹੋਇਆ, ਕਰੇਵ ਫੈਬਰਿਕ ਹੈ, ਔਰ ਇਹਦੇ ਨਾਲ ਚਨੌਨ ਦਾ ਦੁਪੱਟਾ ਹੈ। ਦੁਪੱਟੇ 'ਤੇ ਵੀ ਸਾਰੇ 'ਚ ਸੇਮ ਜਾਲ ਆਏਗਾ, ਇਹ ਸਾਰਾ ਜਾਲ ਦੁਪੱਟੇ ਦੇ ਵਿੱਚ ਹੈ, ਜਿਵੇਂ ਸ਼ਰਟ 'ਚ ਜਾਲ ਹੈ, ਪੂਰਾ ਫੰਕਸ਼ਨਲ ਵੇਅਰ ਸੂਟ ਹੈ। ਇੱਕ ਇਹ ਸੂਟ ਹੈ, ਕਰੀਮ ਕਲਰ 'ਚ ਆ, ਖੱਦਰ ਟਾਈਪ ਸਟੱਫ ਹੈ, ਸਿੰਥੈਟਿਕ ਸਟੱਫ ਨਹੀਂ ਹੈ। ਜਿਹਨਾਂ ਨੂੰ ਸਿੰਥੈਟਿਕ ਸਟੱਫ ਨਹੀਂ ਪਸੰਦ ਹੈਗਾ, ਸਿੰਥੈਟਿਕ ਨਹੀਂ ਹੈ ਇਹ। ਅਤੇ ਇਹਦੇ ਸਾਰੇ ਘੇਰੇ 'ਤੇ ਆਪਾਂ ਡਾਰਕ ਐਂਡ ਲਾਈਟ ਗੋਲਡ, ਐਂਟੀਕ ਗੋਲਡ ਐਂਡ ਨੋਰਮਲ ਜਿਹੜਾ ਗੋਲਡ ਹੁੰਦਾ ਉਹਦਾ ਵਰਕ ਕੀਤਾ ਹੋਇਆ ਸਾਰੇ ਘੇਰੇ ਦੇ ਉੱਤੇ ਇੱਦਾਂ। ਅਤੇ ਇਹਦੇ ਵਿੱਚ ਸਾਰੀ ਬੁੱਟੀਆਂ ਹੋਣਗੀਆਂ ਐਵੇਂ, ਔਰ ਸਲੀਵਸ 'ਤੇ ਵੀ ਛੋਟੀ ਜਿਹੀ ਵੇਲ ਦੇ ਕੇ ਬੁੱਟੀ ਆਊਗੀ। ਹੋਪ ਸੋ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਵਧੀਆ ਲੱਗੀ ਹੋਊਗੀ। ਮੇਰਾ ਵਟਸਐਪ ਨੰਬਰ ਸਕਰੀਨ 'ਤੇ ਗਿਵਨ ਹੈ, ਤੁਸੀਂ ਉੱਥੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।